ਸ਼੍ਰੀ ਬੀ ਸੀ ਸ਼ਰਮਾ ਜਿੰਦਾਬਾਦ, ਸ਼੍ਰੀ ਟੀ ਪੀ ਸ਼ਰਮਾ ਜਿੰਦਾਬਾਦ, ਸ਼੍ਰੀ ਰਜੇਸ਼ ਕੁਮਾਰ ਜਿੰਦਾਬਾਦ। ਯੂ ਆਰ ਤੁਹਾਡਾ ਪ੍ਰੈਸ ਦਾ ਧੰਨਵਾਦ, ਜੋ ਤੁਸੀਂ ਮਜ਼ਦੂਰਾਂ ਦੀਆਂ ਡਿਮਾਂਡਾਂ ਸੁਣਨਾ ਹੈ। 2012 ਦੀ ਇੱਕ ਪੋਲਿਸੀ ਆਈ ਸੀ ਜਿਹਦੇ ਵਿੱਚ ਟਰੈਕਮੈਨਾਂ ਦਾ ਜਿਹੜਾ ਸਾਰਾ ਢਾਂਚਾ ਤੋੜ ਕੇ ਨਵਾਂ ਬਣਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵੱਖ ਵੱਖ ਜਿਹੜੀਆਂ ਲੈਟਰਾਂ 5-6 ਨਿਕਲੀਆਂ ਸੀ ਜਿਹਦੇ ਅਕੋਰਡਿੰਗ ਜਿਹੜੀ ਟਰੈਕਮੈਨਾਂ ਦੀ ਪ੍ਰਮੋਸ਼ਨ ਹੋਣੀ ਸੀ, ਕਿਉਂਕਿ ਟਰੈਕਮੈਨ ਜਿਹੜਾ ਹੈ ਉਹ ਸਾਡੀ ਰੇਲਵੇ ਦੀ ਰੀੜ ਦੀ ਹੱਡੀ ਹੈ ਔਰ ਸਾਡੀ ਯੂਨੀਅਨ ਦੀ ਵੀ ਰੀੜ ਦੀ ਹੱਡੀ ਹੈ। ਔਰ ਉਸੇ ਦੇ ਤਰ੍ਹਾਂ ਸਾਡਾ ਜਿਹੜਾ ਕੀਮੈਨ ਹੈ ਉਹਦੇ ਵਿੱਚ ਇੱਕ ਕੀਮੈਨ ਕੰਮ ਕਰਦਾ ਹੈ ਜਿਹਦੀ ਤਕਰੀਬਨ 8 ਕਿਲੋਮੀਟਰ ਦੇ ਲਾਗੇ ਬੀਟ ਹੁੰਦੀ ਆ। ਉਹ 8 ਕਿਲੋਮੀਟਰ ਜਾਂਦਾ ਹੈ ਔਰ 8 ਕਿਲੋਮੀਟਰ ਹੀ ਆਉਂਦਾ ਹੈ। ਉਹਨੇ ਇੱਕ ਦਿਨ ਦੇ ਵਿੱਚ 2 ਗੇੜੇ ਮਾਰਨੇ ਹੁੰਦੇ ਔਰ ਉਹਨੂੰ ਇਹ 1900 ਪੇ ਬੈਂਡ ਦੇ ਵਿੱਚ ਲਾਉਂਦੇ। ਪਰ ਰੇਲਵੇ ਬੋਰਡ ਦੀ ਲੈਟਰ ਹੈ ਕਿ ਉਹਨਾਂ ਨੂੰ ਜਿਹੜਾ 2800 ਪੇ ਬੈਂਡ 'ਚ ਲਾਇਆ ਜਾਏ, ਪਰ ਇਹ ਮੈਡਮ ਮੰਨਦੇ ਨਹੀਂ ਹੈ। ਅਤੇ ਮੈਂ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਅਗਰ ਜੇ ਇੰਨੀ ਨਹੀਂ ਸਾਡੀ ਮੰਨਦੇ, ਜੇ ਉਹ ਸਾਡਾ ਟਰੈਕਮੈਨ 3 ਗ੍ਰੇਡ ਥੱਲੇ ਕੰਮ ਕਰ ਸਕਦਾ, ਤਾਂ ਜੇ ਤੁਸੀਂ ਏਐਨ ਅਫਸਰ ਹੋ ਤਾਂ ਤੁਸੀਂ ਵੀ ਜਈ ਦਾ ਕੰਮ ਕਰੋ, ਜਈ ਦਾ ਕੰਮ ਕਰੋਗੇ ਤੁਸੀਂ? ਇਸ ਕਰਕੇ ਸਾਡੀਆਂ ਜਿਹੜੀਆਂ ਡਿਮਾਂਡਾਂ ਨੇ, ਅਸੀਂ ਉਹਦਾ ਪੋਸਟਰ ਵੀ ਲਾਇਆ। 18 ਤਰੀਕ ਤੋਂ ਅਸੀਂ ਜਿਹੜਾ ਸੰਘਰਸ਼ ਕਰ ਰਹੇ ਹਾਂ। ਹਰ ਜਿਹੜਾ ਲੈਵਲ ਦੇ ਉੱਤੇ ਜਿਹੜੀ ਆ ਇਹਨਾਂ ਦੀ ਟਰੈਕਮੈਨਾਂ ਦੀ ਮੰਗ ਉਠਾਈ ਗਈ ਹੈ, ਜਿਹੜੀ ਅਸੀਂ, ਕਿਉਂਕਿ ਇਹ ਜਿਹੜੀ ਧਰਨਾ ਪ੍ਰਦਰਸ਼ਨ ਚੱਲ ਰਿਹਾ ਇਹ ਜਿਹੜਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਟਰੈਕਮੈਨਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ। ਧੰਨਵਾਦ।